ਚਲੋ ਬਾਬਾ ਨਾਨਕ ਗੋਲੀ ਚੱਲ ਕੇ ਬੰਦੇ ਦੀ ਡੈਥ ਹੋਈ ਆ ਆਪਸ ਦੋ ਧੜਿਆਂ 'ਚ ਗੋਲੀ ਚੱਲੀ ਸੀ ਇਹ ਡੈਥ ਹੋ ਗਈ ਆ ਜਿਨ੍ਹਾਂ ਬੰਦਿਆਂ 'ਤੇ ਪਰਚਾ ਦਰਜ ਹੋਇਆ ਉਹਨਾਂ 'ਚੋਂ ਕੋਈ ਇੱਕ ਬੰਦਾ ਜਿਹੜਾ ਇੱਥੇ ਆਣ ਕੇ ਗੁਰੂ ਡੇਰਾ ਬਾਬਾ ਨਾਨਕ ਹੋਸਪਿਟਲ ਤੋਂ ਰੈਫਰ ਹੋ ਕੇ ਇੱਥੇ ਆਇਆ ਇਹਨਾਂ ਨੇ ਐਡਮਿਟ ਕੀਤਾ ਇਹਨਾਂ ਨੂੰ ਪਤਾ ਲੱਗਾ ਕਿ ਉਹ ਸਾਡੇ 'ਤੇ ਕੋਈ ਕਾਰਵਾਈ ਨਾ ਕਰਾ ਦੇਣਾ ਇਸ ਕਰਕੇ ਇਹਨਾਂ ਨੇ ਧਰਨਾ ਮਾਰਿਆ ਸੀ ਡੈਡ ਬੋਡੀ ਲੈ ਕੇ ਮੈਂ ਐਸ ਐਮ ਓ ਸਾਹਿਬ ਨਾਲ ਵੀ ਗੱਲ ਕੀਤੀ ਆ ਉਹ ਕਹਿੰਦੇ ਅਸੀਂ ਸਪੈਸ਼ਲ ਜਿਹੜਾ ਭਾਵੇਂ ਬੋਰਡ ਬਣਾਉਣਾ ਪਵੇ ਅਸੀਂ ਜਿਹੜਾ ਸਰਜਨ ਸਾਡੇ ਵਾਲੇ ਥੋੜ੍ਹੇ ਜਿਹੇ ਇੰਗੇਜ ਨੇ ਇੱਕ ਬਾਹਰ ਗਿਆ ਇੱਕ ਇੱਥੇ ਆ ਉਹ ਕਰਕੇ ਅਸਲੀਅਤ ਕਰਾਂਗੇ ਕੋਈ ਗਲਤ ਕਾਰਵਾਈ ਇਹਨਾਂ ਦੇ ਖਿਲਾਫ਼ ਝੂਠੀ ਨਹੀਂ ਹੋਏਗੀ ਇਹ ਉਹਨਾਂ ਵਿਸ਼ਵਾਸ ਦਾ ਕੇ ਅਤੇ ਉਹ ਆਪਣੀ ਡੈਡ ਬੋਡੀ ਚੁੱਕੇ ਤੇ ਲੈ ਗਿਰਫਤਾਰ ਜਿਹੜੀ ਆ ਜਦੋਂ ਮਾਮਲਾ ਕਿਸੇ ਦੇ ਪਾਵੇ ਅੱਗੇ ਪਿੱਛੇ ਤਾਂ ਬੰਦੇ ਹੁੰਦੇ ਹੀ ਆ ਰੇਡ ਹੋ ਰਹੇ ਨੇ ਬੰਦੇ ਫੜਨੇ ਇਹ ਜਿਹੜਾ ਬੰਦਾ ਇੱਥੇ ਆ ਇਹਦੇ 'ਤੇ ਅਸੀਂ ਆਪਣੀ ਗਾਰਡ ਲਾਤੀ ਆ ਇਹ ਸਾਡੀ ਕਸਟਡੀ 'ਚ ਆ ਗਿਆ ਇਹ ਜਦੋਂ ਡਿਸਚਾਰਜ ਹੋ ਗਿਆ ਅਰੈਸਟ ਕਰ ਲਾਂਗੇ ਅਸੀਂ ਇਹ ਘਟਨਾ ਇਹ ਹੋਈ ਹੈ ਪਿੰਡ ਦੀ ਘਟਨਾ ਵਾ ਕੋਈ ਚੱਕਰਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਉਹਨਾਂ ਰਫਲਾਂ ਲਿਆ ਕੇ ਸਾਡੇ ਵੀਰ 'ਤੇ ਨਾ ਸਾਡਾ ਵੀਰ ਖਾਲੀ ਹੱਥੀ ਆ ਉਹਨਾਂ ਰਫਲਾਂ ਲਿਆ ਕੇ ਰਫਲਾਂ ਚਲਾਤੀਆਂ ਜੀ ਸਾਡੇ ਵੀਰ ਨੂੰ ਫੱਟਰ ਕਰਤਾ ਅਤੇ ਆਪ ਉਲਟਾ ਪਰਚਾ ਬਣਾਉਣ ਡੇ ਆ ਕਿ ਇਹਨਾਂ ਫੈਲ ਕੀਤੇ ਆ ਪਿੰਡ ਇਨਸਾਫ ਦੇਗਾ ਵੀ ਜੇ ਅਸੀਂ ਫੈਲ ਕੀਤੇ ਹੋਣ ਸਾਡੇ ਵੱਲੋਂ ਅਸੀਂ ਸਜ਼ਾ ਦੇ ਹੱਕਦਾਰ ਨਾ ਜੀ ਪਹਿਲਾਂ ਛੋਟਾ ਮੋਟਾ ਝਗੜਾ ਹੋਇਆ ਵਾ ਸਾਡੇ ਪਰਿਵਾਰ ਦਾ ਨਹੀਂ ਚਾਚੇ ਤਾਇਓ ਸਾਡੇ ਲੱਗਦਾ ਲੱਗੇ ਉਹਨਾਂ ਦਾ ਜੀਤ ਸਿੰਘ ਦਾ ਅਤੇ ਦੂਸਰਾ ਸਰਜੀਤ ਸਿੰਘ ਦਾ ਤੂੰ ਮੈਂ ਹੋਈ ਹੈ ਬਸ ਹੋਰ ਕੋਈ ਗੱਲ ਨਹੀਂ ਹੋਈ ਸਾਡਾ ਕੋਈ ਝਗੜਾ ਨਹੀਂ ਅਕਾਲੀ ਨਾਲ ਸ਼ੁਰੂ ਤੋਂ ਆਪਾਂ ਅਕਾਲੀ ਦਲ ਅਕਾਲੀ ਪਰਿਵਾਰ ਹੈ ਸ਼ੁਰੂ ਤੋਂ 40-50 ਵੋਟਾਂ ਸਾਡੇ ਘਰ ਦੀਆਂ ਅਕਾਲੀ ਪਰਿਵਾਰ ਦੀਆਂ ਸ਼ੁਰੂ ਤੋਂ ਅਕਾਲੀ ਪਰਿਵਾਰ ਆਪਾਂ ਇਦੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਭਰਾ ਦਾ ਸਾਰੇ ਗੁੰਡਿਆਂ ਨੂੰ ਫੜ ਕੇ ਇਹ ਸੁੱਖੀ ਦੇ ਗੁੰਡੇ ਆ ਸੁੱਖੀ ਦੇ ਕਹਿਣ 'ਤੇ ਇਹ ਕੰਮ ਹੋਇਆ ਜੀ ਕਾਂਗਰਸ ਪਾਰਟੀ ਦੇ ਬੰਦੇ ਆ ਸੁੱਖੀ ਦੇ ਬੰਦੇ ਰੰਧਾਵੇ ਦੇ ਸੁੱਖੀ ਦੇ ਬੰਦੇ ਧਾਰੋ ਵਾਲੀ ਰੰਧਾਵਾ ਸੁੱਖੀ ਨੇ ਇਹ ਗੱਲ ਕਹੀ ਹੈ ਇਹਨਾਂ ਨੂੰ ਗੁੰਡਿਆਂ ਨੂੰ ਪੱਕਿਆ ਕਰਕੇ ਘੱਲਿਆ ਵਾ ਜਿਨ੍ਹਾਂ ਦੇ ਘਰ ਰੌਂਦ ਰੱਖੇ ਗਏ ਉਹਨਾਂ ਦੇ ਘਰੋਂ ਰੌਂਦ ਚੱਲਿਆ ਜੀ ਹਾਂਜੀ ਸਾਨੂੰ ਇਨਸਾਫ ਚਾਹੀਦਾ ਜੀ ਦੇਖੋ ਜੀ ਇਹ ਲੜਕਾ ਸਾਡੀ ਪਾਰਟੀ ਨਾਲ ਸੰਬੰਧਿਤ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਗੁੰਡੇ ਨੇ ਬੜਾ ਵਧੀਆ ਨੌਜਵਾਨ ਇਹ ਲੜਕਾ ਸੀਗਾ ਅਕਾਲੀ ਦਲ ਦੇ ਨਾਲ ਇਹ ਪਰਿਵਾਰ ਪਿਛਲੇ 40-50 ਸਾਲ ਤੋਂ ਨੇ ਅਤੇ ਇਸ ਪਰਿਵਾਰ ਨੂੰ ਸਿਰਫ ਇਹ ਦਬਾਉਣਾ ਚਾਹੁੰਦੇ ਸੀਗੇ ਜਿਸ ਦੇ ਤਹਿਤ ਇਹ ਨੌਜਵਾਨ ਮੁੰਡਾ ਵਿਚਾਰਾ ਕੰਮ ਕਰਦਾ ਸੀਗਾ ਪਿੰਡ ਦੇ ਵਿੱਚ ਅਕਾਲੀ ਦਲ ਦੇ ਲੋਕਾਂ ਦੀ ਮਦਦ ਕਰਦਾ ਸੀਗਾ ਅਤੇ ਕੱਲ੍ਹ ਇਹ ਆਪਣੇ ਖੇਤਾਂ ਤੋਂ ਘਰ ਨੂੰ ਆ ਰਿਹਾ ਸੀਗਾ ਜਦੋਂ ਕਾਂਗਰਸ ਦੇ ਜਿਹੜੇ ਗੁੰਡੇ ਨੇ ਉਹਨਾਂ ਨੇ ਸਾਰਿਆਂ ਲੋਕਾਂ ਦੇ ਅਸਲੇ ਜਮ੍ਹਾਂ ਨੇ ਥਾਣਿਆਂ ਦੇ ਵਿੱਚ ਇਸ ਪਰਿਵਾਰ ਨੂੰ ਉਸ ਪਰਿਵਾਰ ਨੂੰ ਇਹਨਾਂ ਨੇ ਅਸਲਾ ਵੀ ਥਾਣਿਆਂ ਤੋਂ ਲੈ ਕੇ ਦਿੱਤਾ ਉਹਨਾਂ ਨੇ ਰੋਕ ਕੇ ਇਹਨੂੰ ਪਹਿਲੀ ਗੋਲੀ ਇਸ ਨੌਜਵਾਨ ਦੇ ਮੋਢੇ ਦੇ ਉੱਤੇ ਮਾਰੀ ਜਦੋਂ ਨੌਜਵਾਨ ਦੇ ਮੋਢੇ 'ਤੇ ਵੱਜੀ ਦੂਜੀ ਗੋਲੀ ਉਹਦੇ ਮੂੰਹ ਦੇ ਉੱਤੇ ਮਾਰੀ ਜਿਹੜੀ ਠੋਡੀ 'ਤੇ ਅਤੇ ਉਹਦੀ ਗਰਦਨ ਦੇ ਉੱਤੇ ਲੱਗੀ ਮੌਕੇ 'ਤੇ ਉਹਦੀ ਮੌਤ ਹੋ ਗਈ ਇਹ ਮੈਂ ਇਹੋ ਹੀ ਇਸ ਪਰਿਵਾਰ ਦੇ ਨਾਲ ਅਸੀਂ ਸਾਰੀ ਪਾਰਟੀ ਖਲੋਤੇ ਹਾਂ ਬਹੁਤ ਧੱਕਾ ਹੋਇਆ ਇਹ ਦੋ ਪਰਿਵਾਰ ਦੇ ਵਿੱਚ ਮੁੰਡੇ ਸੀਗੇ ਇੱਕ ਲੜਕੇ ਦੀ ਪਹਿਲੋਂ 2 ਸਾਲ ਪਹਿਲੋਂ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਇਹ ਨੌਜਵਾਨ ਸੀਗਾ ਜਿਹੜਾ ਸਾਰੇ ਘਰ ਪਰਿਵਾਰ ਨੂੰ ਚਲਾ ਰਿਹਾ ਸੀਗਾ ਉਹਰੇ ਵੀ ਬੱਚਿਆਂ ਦਾ ਆਪਣੇ ਬੱਚਿਆਂ ਦਾ ਵੀ ਧਿਆਨ ਰੱਖ ਰਿਹਾ ਸੀਗਾ ਅੱਜ ਇਸ ਘਰ ਦਾ ਕਾਂਗਰਸ ਪਾਰਟੀ ਦੇ ਗੁੰਡਿਆਂ ਨੇ ਮੈਂ ਕਹਾਂਗਾ ਜਿਹੜਾ ਵਿਧਾਇਕ ਆ ਸਾਡਾ ਸੁੱਖੀ ਰੰਧਾਵਾ ਉਹਦੀ ਸ਼ਹਿ ਦੇ ਉੱਤੇ ਇਸ ਘਰ ਦਾ ਚਿਰਾਗ ਬੁਝਾ ਦਿੱਤਾ ਹੈ ਪੁਲਿਸ ਦੀ ਇਹ ਕਾਰਵਾਈ ਹੈ ਕਿ ਪੁਲਿਸ ਨੇ ਅੱਜ ਕਿੰਨਾ ਪੂਰਾ ਇੱਕ ਦਿਨ 24 ਘੰਟੇ ਹੋਣ 'ਤੇ ਆ ਗਏ ਨੇ ਉਹ ਕੋਈ ਕਿਸੇ ਦੇ ਘਰ ਰੇਡ ਨਹੀਂ ਕੀਤੀ ਪਰਚਾ ਇੱਕ ਖਾਨਾ ਪੂਰਤੀ ਲਈ ਦਰਜ ਕਰ ਦਿੱਤਾ ਹੈ ਇੱਕ ਮੁੰਡੇ ਨੂੰ ਝੂਠੇ ਸ਼ਰੇ ਮਾਰ ਕੇ ਦਾਖਲ ਕਰਾ ਦਿੱਤਾ ਸਿਵਲ ਹਸਪੀਟਲ ਦੇ ਵਿੱਚ ਕਿ ਉਹਦਾ ਕਰੋਸ ਪਰਚਾ ਬਣ ਜਾਵੇ ਕਿਉਂਕਿ ਇਹ ਪਰਿਵਾਰ ਦੇ ਮਗਰ ਪੈਰਵਾਈ ਕਰਨ ਲਈ ਕੋਈ ਨਹੀਂ ਹੈਗਾ ਅਤੇ ਇਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਰਾਜ਼ੀਨਾਮਾ ਹੋ ਜਾਏਗਾ ਅਸੀਂ ਪੁਲਿਸ ਤੋਂ ਮੰਗ ਕਰਦੇ ਹਾਂ ਕਿ ਉਹ ਪਹਿਲੇ ਨੰਬਰ 'ਤੇ ਜਿਹੜਾ ਹਸਪੀਟਲ ਦੇ ਵਿੱਚ ਨੌਜਵਾਨ ਪਿਆ ਹੈ ਉਹਨੂੰ ਗ੍ਰਿਫਤਾਰ ਕੀਤਾ ਜਾਏ ਦੂਜੇ ਨੰਬਰ 'ਤੇ ਦੂਜੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਜਿਨ੍ਹਾਂ ਨੇ ਇਹ ਘਨੌਣਾ ਕੰਮ ਕੀਤਾ ਹੈ ਮੈਂ ਇਹਦੀ ਭੈਣ ਵੱਡੀ ਆ ਸਭ ਤੋਂ ਗੱਲ ਕੋਈ ਨਹੀਂ ਹੋਈ ਵੀਰਾ ਸਾਡੇ ਵੀਰ ਦਾ ਕੋਈ ਵੈਰ ਵਿਰੋਧ ਨਹੀਂ ਉਹਨਾਂ ਨੇ ਜਿਨ੍ਹਾਂ ਨੇ ਮਾਰਿਆ ਵਾ ਕੋਈ ਵੈਰ ਵਿਰੋਧ ਨਹੀਂ ਉਹਨਾਂ ਨਾਲ ਸੁਖੀ ਦਾ ਬੰਦਾ ਇੱਕ ਹੈਗਾ ਜੱਸਾ ਇੱਕ ਬਾਵਾ ਚੜਾ ਇੱਕ ਉਹਦਾ ਪੋਤਰਾ ਇੱਕ ਉਹਦਾ ਮੁੰਡਾ ਇਹਨਾਂ ਨੇ ਸਾਡੇ ਵੀਰ ਨੂੰ ਮਾਰਤਾ ਨਾਲ ਸ਼ੀਤਾ ਸ਼ੀਤਾ ਸੁਰਜੀਤ ਸਿੰਘ ਸ਼ੀਤਾ ਉਹਦੇ 2 ਮੁੰਡੇ ਨਾਲ 3 ਇੱਕ ਬਾਜਾ ਮੈਨੂੰ ਨਾਵਾਂ ਦਾ ਪੂਰਾ ਨਹੀਂ ਪਤਾ ਸਾਨੂੰ ਮੇਰੀ ਸਾਡੇ ਵੀਰ ਦਾ ਇਨਸਾਫ ਚਾਹੀਦਾ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਸਾਡੇ ਵੀਰ ਦਾ ਇਨਸਾਫ ਸਾਡੇ 4 ਬੱਚੇ ਰੁਲ ਗਏ ਨਿੱਕੇ ਨਿੱਕੇ ਸਾਡਾ ਵੀਰ 2 ਸਾਲ ਹੋ ਗਏ ਇੱਕ ਐਕਸੀਡੈਂਟ ਹੋ ਕੇ ਮਰ ਗਿਆ ਸੀ ਇਹਦੇ ਸਿਰ 'ਤੇ ਸਾਡਾ ਘਰ ਸੀ ਅਤੇ ਵੀ ਸਾਡਾ ਲੋਕਾਂ ਮਾਰਤਾ ਦੋਸ਼ੀਆਂ ਨੂੰ 6-7 ਦੋਸ਼ੀ ਉਹਨਾਂ ਨੂੰ ਫੜਨਾ ਚਾਹੀਦਾ ਵਾ ਅਤੇ ਸਾਡੇ ਵੀਰ ਦੀ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ